ਪੰਜਾਬ ਦੇ ਵਿੱਚ ਇਸ ਵਾਰੀ ਮੌਨਸੂਨ ਸੀਜ਼ਨ ਵਿੱਚ ਹੁਣ ਤੱਕ 42% ਦੇ ਕਰੀਬ ਘੱਟ ਬਰਸਾਤ ਹੋਈ ਹੈ, ਜਿਸ ਦੇ ਨਾਲ ਲੁਧਿਆਣਾ ਦੇ ਵਿੱਚ 50% ਦੇ ਕਰੀਬ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵਿਗਿਆਨਿਕ ਨੇ ਕਿਹਾ ਕਿ ਇਸ ਵਾਰੀ ਮੌਨਸੂਨ ਕਮਜ਼ੋਰ ਰਿਹਾ ਅਤੇ ਅੱਗੇ ਵੀ ਮੌਨਸੂਨ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਆਉਂਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ, ਜਦਕਿ ਪੰਜਾਬ ਦੇ ਉੱਤਰੀ ਭਾਗ ਦੇ ਵਿੱਚ ਚੰਗੀ ਬਾਰਿਸ਼ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਘੱਟ ਬਾਰਿਸ਼ ਹੋਣ ਕਰਕੇ ਕਈ ਫਸਲਾਂ ਪ੍ਰਭਾਵਿਤ ਹੋਈ ਹੈ। ਉਹਨਾਂ ਨੇ ਕਿਹਾ ਕਿ ਖਾਸ ਕਰਕੇ ਝੋਨੇ ਦੀ ਫਸਲ ਨੂੰ ਪਾਣੀ ਲਾਉਣ ਨੂੰ ਲੈ ਕੇ ਕਿਸਾਨਾਂ ਨੂੰ ਹੋਰ ਸਰੋਤਾਂ ਦਾ ਸਹਾਰਾ ਲੈਣਾ ਪੈ ਰਿਹਾ, ਜਿਸ ਕਾਰਨ ਕਿਸਾਨਾਂ ਦੀ ਲਾਗਤ ਵੱਧ ਰਹੀ ਹੈ। ਉਹਨਾਂ ਨੇ ਕਿਹਾ ਕਿ ਝੋਨੇ ਨੂੰ ਪਾਣੀ ਲਾਉਣ ਦੇ ਲਈ ਕਿਸਾਨ ਟਿਊਬਵੈੱਲ ਦਾ ਸਹਾਰਾ ਲੈ ਰਹੇ ਹਨ, ਜਿਸ ਨਾਲ ਡੀਜ਼ਲ ਦੀ ਖਪਤ ਹੋ ਰਹੀ ਹੈ ਅਤੇ ਨਾਲ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਹੋ ਰਿਹਾ। ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ, ਮੌਨਸੂਨ ਦਾ ਜਿਹੜਾ ਸੀਜ਼ਨ ਹੈ ਜੂਨ ਤੋਂ ਸ਼ੁਰੂ ਹੋ ਕੇ ਸਪਟੰਬਰ ਤੱਕ ਚੱਲਦਾ, ਅਤੇ ਹੁਣ ਜਿਵੇਂ ਔਗਸਤ ਜੁਲਾਈ ਦੇ ਵਿੱਚ ਸਾਡੇ ਕੋਲ ਥੋੜ੍ਹੀ ਜਿਹੀ ਡੈਫੀਸਿਟ ਰੇਨਫੋਲ ਰਹੀ ਹੈ, ਜਿਹੜੀ ਕਿ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ 42% ਡੈਫੀਸਿਟ ਹੈ। ਲੁਧਿਆਣੇ ਦੇ ਵਿੱਚ ਸਾਡੇ ਕੋਲ 50% ਤੱਕ ਡੈਫੀਸਿਟ ਹੈਗਾ, ਔਰ ਕੁਛ ਡਿਸਟ੍ਰਿਕਟ ਜਿਵੇਂ ਫਤਿਹਗੜ੍ਹ ਸਾਹਿਬ ਹੈ ਉੱਥੇ 70% ਤੱਕ ਵੀ ਡੈਫੀਸਿਟ ਹੈ। ਸੋ ਓਵਰਆਲ ਜਿਵੇਂ 42% ਡੈਫੀਸਿਟ ਹੈਗਾ, ਤਾਂ ਇਹ ਜਿਹੜਾ ਕਿ ਕਾਫੀ ਇਸ ਵਾਰੀ ਦੇਖਿਆ ਗਿਆ ਕਿ ਵੀਕ ਮੌਨਸੂਨ ਦਾ ਅਸਰ ਹੈ, ਜਿਹਦੇ ਕਰਕੇ ਕਿ ਆਪਾਂ ਨੂੰ ਲੱਗ ਰਿਹਾ ਕਿ ਬਰਸਾਤਾਂ ਕਾਫੀ ਘੱਟ ਹੋਈਆਂ ਨੇ ਅਤੇ ਬੜੀਆਂ ਜਿੱਥੇ ਹੋਈਆਂ ਬਸ ਸਕੈਟਰਡ ਜਿਹੜੀ ਰੇਨਫੋਲ ਹੋਈ ਹੈ। ਸੋ ਹੁਣ ਵੀ ਜਿਹੜੀ ਅੱਗੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੀ ਸਕੈਟਰਡ ਸ਼ਾਵਰਸ ਦੀ ਪ੍ਰੋਡਿਕਸ਼ਨ ਹੈਗੀ ਹੈ, ਪਰ ਜਿਹੜੇ ਉੱਤਰੀ ਭਾਗ ਨੇ ਪੰਜਾਬ ਦੇ ਉੱਥੇ ਜਿਸ ਤਰ੍ਹਾਂ ਕਿ ਪਠਾਨਕੋਟ ਹੈ, ਅੰਮ੍ਰਿਤਸਰ, ਗੁਰਦਾਸਪੁਰ, ਉੱਥੇ ਥੋੜ੍ਹੀ ਅੱਛੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਪਰ ਅਦਰਵਾਈਜ਼ ਜਿਹੜੀ ਕੋਈ ਜ਼ਿਆਦਾ ਮੌਨਸੂਨ ਦੀ ਪ੍ਰੋਗਰੈਸ ਜਿਹੜੀ ਨਜ਼ਰ ਨਹੀਂ ਆ ਰਹੀ। ਦੇਖੋ ਮੌਨਸੂਨ ਦੀ ਜੇ ਤਾਂ ਮਤਲਬ ਅੱਛੀ ਗੁੱਡ ਮੌਨਸੂਨ ਸੀਜ਼ਨ ਹੁੰਦਾ ਤਾਂ ਫਿਰ ਸਾਡੇ ਕੋਲ ਵੈਲ ਡਿਸਟ੍ਰੀਬਿਊਟਡ ਰੇਨਫੋਲ ਹੁੰਦੀ ਹੈ, ਪਰ ਇਸ ਵਾਰੀ ਗੁੱਡ ਮੌਨਸੂਨ ਸੀਜ਼ਨ ਨਹੀਂ ਹੈ, ਤੋ ਬਹੁਤ ਹੀ ਜ਼ਿਆਦਾ ਸਾਨੂੰ ਡੈਫੀਸਿਟ ਦਾ ਸਾਹਮਣਾ ਕਰਨਾ ਪੈ ਰਿਹਾ, ਔਰ ਬੜੀ ਸਕੈਟਰਡ ਜੀ ਰੇਨਫੋਲ ਹੋ ਰਹੀ ਹੈ, ਕਿਤੇ ਬਹੁਤ ਜ਼ਿਆਦਾ ਹੋ ਜਾਂਦੀ ਹੈ। ਵੈਸੇ ਮੇਨਲੀ ਨੌਰਥ ਰੀਜਨ ਦੇ ਵਿੱਚ ਇਸ ਵਾਰ ਬਾਰਿਸ਼ ਜਿਹੜੀ ਉਹ ਜ਼ਿਆਦਾ ਰਹੀ ਹੈ, ਬਾਕੀ ਸਾਰੇ ਜਗ੍ਹਾ 'ਤੇ ਘੱਟ ਹੈ। ਜੇ ਆਪਾਂ ਦੇਖਦੇ ਹਾਂ ਤਾਂ 2-3 ਜ਼ਿਲ੍ਹੇ ਨੇ ਜਿਸ ਤਰ੍ਹਾਂ ਕਿ ਪਠਾਨਕੋਟ ਹੈਗਾ, ਤਰਨ ਤਾਰਨ ਹੈ, ਜਾਂ ਗੁਰਦਾਸਪੁਰ ਹੈ, ਇਹਨਾਂ ਦੇ ਵਿੱਚ ਹੀ ਅੱਛੀ ਬਾਰਿਸ਼ ਹੋਈ ਹੈ, ਬਾਕੀ ਆਲਮੋਸਟ ਸਾਰੇ ਪੰਜਾਬ ਦੇ ਵਿੱਚ ਹੀ ਬਾਰਿਸ਼ ਜਿਹੜੀ ਹੈ ਉਹ ਘੱਟ ਹੋਈ ਹੈ, ਕਿਉਂਕਿ ਸਿਸਟਮ ਜਿਹੜਾ ਇੰਨਾ ਡਿਵੈਲਪ ਹੀ ਨਹੀਂ ਹੋ ਰਿਹਾ ਕਿ ਉਹ ਬਾਰਿਸ਼ ਹੋ ਸਕੇ। ਬੱਦਲਵਾਈ ਜ਼ਰੂਰ ਹੁੰਦੀ ਹੈ, ਆਪਾਂ ਦੇਖ ਰਹੇ ਹਾਂ ਕਿ 2-3 ਦਿਨਾਂ ਤੋਂ ਬੱਦਲਵਾਈ ਹੋ ਰਹੀ ਹੈ, ਹਵਾ ਵੀ ਚੱਲ ਰਹੀ ਹੈ, ਪਰ ਜੇ ਟੈਂਪਰੇਚਰਸ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਦਿਨ ਦਾ ਤਾਪਮਾਨ ਜਿਹੜਾ 2-3 ਡਿਗਰੀ ਜ਼ਿਆਦਾ ਹੀ ਚੱਲ ਰਿਹਾ, ਅਤੇ ਜਿਹੜਾ ਰਾਤ ਦਾ ਤਾਪਮਾਨ ਹੈ ਉਹ ਹੁਣ ਥੋੜ੍ਹਾ ਜਿਹਾ ਫਾਲ ਕੀਤਾ, ਸੋ ਉਹ 1 ਡਿਗਰੀ ਨੋਰਮਲ ਤੋਂ ਜ਼ਿਆਦਾ ਰਹਿ ਰਿਹਾ, ਬਟ ਅਦਰਵਾਈਜ਼ ਕਾਫੀ ਹੱਦ ਤੱਕ ਨੋਰਮਲ ਹੈ। ਅਤੇ ਜਿਸ ਤਰ੍ਹਾਂ ਕਿ ਹਿਊਮਿਡਿਟੀ ਲੈਵਲ ਹੈ ਉਹ ਵੀ ਜ਼ਿਆਦਾ ਚੱਲ ਰਿਹਾ, ਉਹਦੇ ਕਰਕੇ ਵੀ ਸਾਨੂੰ ਥੋੜ੍ਹਾ ਅਨਕੰਫਰਟੇਬਲ ਵੈਦਰ ਮਹਿਸੂਸ ਹੁੰਦਾ, ਪਰ ਜਿਸ ਤਰ੍ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਕੈਟਰਡ ਰੇਨਫੋਲ ਦੇ ਥੋੜ੍ਹੇ ਜਿਹੇ ਚਾਂਸਿਸ ਨੇ, ਜਾਂ ਸ਼ਾਵਰਸ ਹੋ ਸਕਦੇ ਆ, ਹਵਾ ਚੱਲ ਸਕਦੀ ਹੈ, ਤੋ ਕੁਛ ਸਾਨੂੰ ਰਾਹਤ ਲੱਗ ਸਕਦੀ ਹੈ ਗਰਮੀ ਤੋਂ, ਕਿਉਂਕਿ ਟੈਂਪਰੇਚਰਸ ਜਿਹੜੇ ਨੇ ਉਹ ਠੀਕ ਚੱਲ ਰਹੇ ਨੇ। ਦੇਖੋ ਬਰਸਾਤ ਜੇ ਹੋ ਜਾਂਦੀ ਹੈ ਤਾਂ ਉਹ ਬਹੁਤ ਵਧੀਆ ਰਹਿੰਦਾ, ਕਿਉਂਕਿ ਸਾਨੂੰ ਧਰਤੀ ਹੇਠਲਾ ਪਾਣੀ ਜਿਹੜਾ ਉਹ ਘੱਟ ਕੱਢਣਾ ਪੈਂਦਾ। ਅਦਰਵਾਈਜ਼ ਜਿਸ ਤਰ੍ਹਾਂ ਬਾਰਿਸ਼ ਨਹੀਂ ਹੋ ਰਹੀ, ਪਰ ਕਿਸਾਨ ਆਪਣਾ ਜਿਹੜਾ ਝੋਨੇ ਨੂੰ ਪਾਲ ਰਹੇ ਨੇ, ਕਿਸੇ ਨਾ ਕਿਸੇ ਤਰ੍ਹਾਂ ਪਾਣੀ ਲਗਾ ਕੇ, ਆਪਣਾ ਡੀਜ਼ਲ ਬਾਲ ਕੇ, ਧਰਤੀ ਹੇਠੋਂ ਪਾਣੀ ਕੱਢ ਕੇ, ਪਰ ਉਹਦੇ ਨਾਲ ਉਹਨਾਂ ਦੇ ਇਕਨੋਮਿਕ ਬਰਡਨ ਹੁੰਦਾ, ਅਤੇ ਦੂਸਰਾ ਇਹ ਹੁੰਦਾ ਕਿ ਜਦੋਂ ਡੀਜ਼ਲ ਬਰਨ ਹੁੰਦਾ ਤਾਂ ਉਹਦੇ ਨਾਲ ਜਿਹੜੀ ਪੋਲਿਊਸ਼ਨ ਵੱਧਦੀ ਹੈ, ਉਹ ਵੀ ਇੱਕ ਤਰ੍ਹਾਂ ਦਾ ਕਲਾਈਮੇਟ ਚੇਂਜ ਨੂੰ ਇਫੈਕਟ ਕਰਦੀ ਹੈ। ਸੋ ਇਸ ਪੱਖੋਂ ਆਪਾਂ ਕਹਿ ਸਕਦੇ ਹਾਂ ਕਿ ਇਨਡਾਇਰੈਕਟਲੀ ਜਿਹੜਾ ਮੌਨਸੂਨ ਨੇ ਘੱਟ ਹੋ ਰਹੀ ਹੈ ਜਾਂ ਵੀਕ ਹੈ, ਉਹ ਇਨਡਾਇਰੈਕਟਲੀ ਕ੍ਰੋਪ ਨੂੰ ਇਫੈਕਟ ਕਰਦੀ ਹੈ ਜਾਂ ਕਲਾਈਮੇਟ ਨੂੰ ਇਫੈਕਟ ਕਰਦੀ ਹੈ,
ਪਰ ਅਦਰਵਾਈਜ਼ ਪਾਣੀ ਜੇ ਹੈ ਉਹ ਆਪਣਾ ਜਿਹੜਾ ਲੋੜ ਅਨੁਸਾਰ ਜਿਹੜੇ ਕਿਸਾਨ ਵੀਰ ਆ ਉਹ ਫਸਲ ਨੂੰ ਲਾ ਲੈਂਦੇ ਆ। ਸਬਜ਼ੀਆਂ 'ਤੇ ਵੀ ਦੇਖੋ ਜੇ ਤਾਂ ਨੀਡ ਬੇਸਡ ਇਰੀਗੇਸ਼ਨ ਹੈ ਉਹ ਤਾਂ ਉਹਨਾਂ ਨੇ ਆਪਾਂ ਕਹਿੰਦੇ ਹਾਂ ਕਿ ਉਹਨਾਂ ਜੇ ਮਤਲਬ ਨਹੀਂ ਬਰਸਾਤ ਹੋ ਰਹੀ ਤਾਂ ਉਹ ਨੀਡ ਬੇਸਡ ਇਰੀਗੇਸ਼ਨ ਲਗਾ ਸਕਦੇ ਆ, ਜਿਸ ਤਰ੍ਹਾਂ ਕਿ ਕੋਈ ਸਪਰੇ ਵਗੈਰਾ ਕਰਨੀ ਹੈ ਜਾਂ ਕੁਛ ਜੋ ਵੀ ਰਿਕੁਆਇਰਮੈਂਟ ਹੈ ਕੋਆਪਰੇਸ਼ਨਸ ਨੇ ਉਹ ਕਰ ਸਕਦੇ ਨੇ, ਕਿਉਂਕਿ ਬਾਰਿਸ਼ ਦੀ ਜ਼ਿਆਦਾ ਸੰਭਾਵਨਾ ਬਾਕੀ ਪੰਜਾਬ ਦੇ ਵਿੱਚ ਨਹੀਂ ਹੈਗੀ, ਸਿਰਫ ਉੱਤਰੀ ਭਾਗਾਂ ਦੇ ਵਿੱਚ ਹੀ ਜ਼ਿਆਦਾ ਹੈਗੀ ਹੈ। ਅਤੇ ਬਾਕੀ ਸਬਜ਼ੀਆਂ ਦਾ ਵੀ ਨਹੀਂ ਹੋ ਸਕਦੀ ਹੈ, ਉਹਦੀ ਪਿਕਿੰਗ ਜਿਹੜੀ ਪ੍ਰੋਪਰਲੀ ਕਰ ਲਈ ਜਾਏ, ਟਾਈਮ ਨਾਲ ਕਰ ਲਈ ਜਾਏ ਤਾਂ ਕਿ ਜਿਹੜੀ ਫਸਲ ਹੈ ਉਹ ਖਰਾਬ ਹੋਣ ਤੋਂ ਬਚ ਸਕੇ।